ਤੇਰੇ ਕਿਸੇ ਸੱਜਣ ਨਾਲ ਇਥੇ ਗੋਰੇ ਨਾਲ ਮੇਰੀ ਮੁਲਾਕਾਤ ਹੋਈ ਤਾਂ ਉਸਨੇ ਪੁੱਛਿਆ ਕਿ ਤੈਨੂੰ ਅਮਰੀਕਾ ਚੰਗਾ ਲੱਗਦਾ ਕਿ ਇੰਡੀਆ ਤਾਂ ਮੈਂ ਉਹਨੂੰ ਬੇਨਤੀ ਕੀਤੀ ਕਿ ਦੋਵੇਂ ਹੀ ਕਹਿੰਦਾ ਹੋਈ ਕਿਵੇਂ ਹੋ ਸਕਦਾ ਹੈ ਇਹ ਹੋ ਸਕਦਾ ਹੈ ਕਿਉਂਕਿ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਸਾਰੀ ਧਰਤੀ ਇਹ ਪੂਰਾ ਪਲੈਨਟ ਇਹ ਸਾਰਾ ਬ੍ਰਹਿਮੰਡ ਉਸੇ ਦਾ ਸਿਰਜਿਆ ਹੋਇਆ ਆਕਾਲ ਪੁਰਖ ਦਾ ਇਹ ਕੋਈ ਵੱਖਰੀਆਂ ਵੱਖਰੀਆਂ ਧਰਤੀਆਂ ਨਹੀਂ ਹੈਗੀਆਂ ਇਹਨਾਂ ਦੇ ਨਾਮ ਅਗਰੋਂ ਬਣੇ ਇਹਨਾਂ ਦੇ ਥਾਂ ਅਗਰੋਂ ਵੰਡੇ ਗਏ ਇਹਨਾਂ ਦੇ ਬੰਨੇ ਅਗਰੋਂ ਬਣੇ ਇਹ ਬੈਰੀਕੇਡਸ ਜਿਹੜੇ ਨੇ ਉਹ ਮਗਰੋਂ ਪੈਦਾ ਹੋਏ ਔਰ ਉਹਦੇ ਕਰਕੇ ਲੜਾਈਆਂ ਝਗੜੇ ਵੀ ਸ਼ੁਰੂ ਹੋਏ ਪਹਿਲਾਂ ਇਹ ਸਾਰੀ ਦੀ ਸਾਰੀ ਧਰਤੀ ਜਿੱਥੇ ਮਨੁੱਖ ਨੇ ਜਨਮ ਲਿਆ ਜਿੱਥੇ ਜੀਵਾਂ ਜੰਤੂਆਂ ਨੇ ਜਨਮ ਲਿਆ ਜਿੱਥੇ ਜੰਗਲ ਪੈਦਾ ਹੋਏ ਜਿੱਥੇ ਵਨਸਪਤੀ ਪੈਦਾ ਹੋਈ ਉਥੇ ਸਾਰੇ ਲੋਕ ਜਿੰਨੇ ਵੀ ਜਿਉਂਦੇ ਸੀ ਰਲ ਮਿਲ ਰਲ ਮਿਲ ਕੇ ਰਹਿੰਦੇ ਸੀ 노 ਡਾਊਟ ਬਦਲਦੇ ਸਮੇਂ ਅਨੁਸਾਰ ਕੁਝ ਨਾ ਕੁਝ ਤਬਦੀਲੀ ਕਰਨੀ ਪੈਣੀ ਸੀ ਲੇਕਿਨ ਉਹਦੇ ਨਾਲ ਨਾਲ ਪ੍ਰਮਾਤਮਾ ਨੂੰ ਭੁੱਲਣ ਤੋਂ ਬਚ ਕੇ ਰਹਿਣਾ ਬੜਾ ਜ਼ਰੂਰੀ ਸੀ ਉਸ ਨੂੰ ਆਪਣਾ ਸਖਾ ਆਪਣਾ ਦੋਸਤ ਆਪਣਾ ਨੇੜੇ ਦਾ ਗਾਈਡ ਆਪਣੇ ਆਪਣੀ ਜਿਹੜੀ ਨੇਕੀ ਦੇ ਰਸਤੇ ਤੇ ਚੱਲਣ ਦੀ ਪ੍ਰੇਰਣਾ ਸੇਵਾ ਦੀ ਭਾਵਨਾ ਮਨੁੱਖੀ ਮਨੁੱਖ ਨਾਲ ਸਾਂਝ ਦਇਜ ਬਿਰਤੀ ਹੈ ਉਸ ਨੂੰ ਲੈ ਕੇ ਤੁਰਨਾ ਬਣਦਾ ਸੀ ਲੇਕਿਨ ਮਨੁੱਖ ਨੇ ਮੋਹ ਸਾਰੇ ਸੰਕਟ ਆਪਣੇ ਲਈ ਸਹਿੜ ਲਏ ਇਸ ਕਰਕੇ ਉਹਨੂੰ ਜੰਗਾਂ ਯੁੱਧਾਂ ਦੇ ਸਾਰੇ ਤੁਰਨਾ ਪਿਆ ਉਹਨੂੰ ਹਥਿਆਰ ਵੀ ਪੈਦਾ ਕਰਨੇ ਪਏ ਉਹਨੂੰ ਹਥਿਆਰਾਂ ਦੇ ਨਾਲ ਜਿਹੜੀ ਇਹ ਬਹੁਤ ਸਾਰਾ ਜਿਹੜਾ ਪਦਾਰਥ ਹੈ ਉਹ ਖਰਚਿਆ ਗਿਆ ਉਹ ਤਬਾਹ ਹੋ ਗਿਆ ਔਰ ਮਨੁੱਖ ਲਈ ਕਿਸੇ ਚੰਗੇ ਕੰਮ ਲਈ ਵਰਤੋਂ ਵਿੱਚ ਨਹੀਂ ਆਇਆ ਇਹਦਾ ਕਾਰਨ ਇਹ ਹੋਈ ਸੀ ਕਿ ਅਸੀਂ ਪ੍ਰਮਾਤਮਾ ਦੇ ਉਸ ਨੂੰ ਉਸ ਦੇ ਜਿਹੜਾ ਨੇੜਲਾ ਰੂਪ ਹੈ ਉਸ ਦਾ ਜਿਹ ਮਿਹਰਬਾਨ ਰੂਪ ਹੈ ਉਸ ਦਾ ਜੋ ਸਾਡੇ ਨਾਲ ਭਲਾਈ ਵਾਲਾ ਰੂਪ ਹੈ ਉਹ ਨਜ਼ਰ ਨਹੀਂ ਆਇਆ ਉਹਦਾ ਉਹਦੀ ਮੁਹੱਬਤ ਬੇਅੰਤ ਹੈ ਲੇਕਿਨ ਜੇ ਸਾਡੀ ਮੁਹੱਬਤ ਵਿੱਚ ਨਹੀਂ ਸਚਾਈ ਤਾਂ ਇਹ ਪ੍ਰੋਬਲਮ ਹੈ ਤਾਂ ਗੁਰੂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਟਿਆ ਔਰ ਗੁਰੂ ਨਾਨਕ ਸਾਹਿਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਬੜੀ ਖੂਬਸੂਰਤ ਸ਼ਕਲ ਦੇ ਵਿੱਚ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲਤ ਕੀ ਜੀ ਉਹ ਕਦੇ ਨਾ ਬੋਲੇ ਕਉਰਾ ਉਹ ਤਾਂ ਸਾਰਿਆਂ ਤੇ ਮਿਹਰਬਾਨ ਹੈ ਉਹ ਸਭ ਨੂੰ ਰਿਜ਼ਕ ਦੇਣ ਵਾਲਾ ਹੈ ਉਹ ਇਸ ਕਿਸਮ ਦਾ ਪ੍ਰਬੰਧ ਕਰਨ ਵਾਲਾ ਹੈ ਕਿ ਸਹਿਲ ਪੱਥਰ ਮੈਂ ਜੰਤੋਂ ਪਾਏ ਤਾਂ ਕਾ ਰਿਜ਼ਕ ਆਗੇ ਕਰਤਰਿਆ ਇਸ ਕਿਸਮ ਦਾ ਪ੍ਰਬੰਧ ਜਿਹੜਾ ਹੈ ਉਸ ਨੇ ਕਰਕੇ ਮਨੁੱਖ ਨੂੰ ਇਸ ਪਲੈਨੈਟ ਦੇ ਉੱਤੇ ਭੇਜਿਆ ਹੈ ਇਸ ਦਾ ਇਹ ਵੀ ਮਤਲਬ ਨਹੀਂ ਕਿ ਮਨੁੱਖ ਉਦਮ ਨਾ ਕਰੇ ਮਨੁੱਖ ਵਿਚਾਰ ਨਾ ਕਰੇ ਮਸੂਖ ਮਨੁੱਖ ਅੱਗੇ ਨਾ ਵਧੇ ਲੇਕਿਨ ਬੈਲੈਂਸ ਰੱਖਣਾ ਸੰਤੁਲਨ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ ਔਰ ਉਹ ਤਾਂ ਹੀ ਹੋ ਸਕਦਾ ਜੇ ਮਨੁੱਖ ਨੂੰ ਇਹ ਵਿਸ਼ਵਾਸ ਹੋ ਜਾਵੇ ਕਿ ਤੁਜ ਤੇ ਬਾਹਰ ਕਿਛ ਨਾ ਹੋਏ ਤੁਜ ਤੇ ਬਾਹਰ ਕਿਛ ਨਾ ਹੋਏ ਤੂੰ ਕਰ ਕਰ ਦੇਖੇ ਜਾਣੇ ਸੋਏ ਅਣ ਇਸ ਤਰ੍ਹਾਂ ਦੀ ਗੱਲ ਤੋਂ ਵੀ ਬਹੁਤ ਵੱਡੀ ਗੱਲ ਗੁਰੂ ਸਾਹਿਬ ਨੇ ਕਹੀ ਹੈ ਕਿ ਪੂਰੇ ਦਾ ਪੂਰਾ ਯੂਨੀਵਰਸ ਪੂਰੇ ਦਾ ਪੂਰਾ ਬ੍ਰਹਿਮੰਡ ਉਸ ਅਕਾਲ ਪੁਰਖ ਦੀ ਦੇਣ ਹੈ ਸੱਚੇ ਤੇਰੇ ਖੰਡ ਸੱਚੇ ਤੇਰੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਤੋ ਅਕਾਲ ਪੁਰਖ ਦਿਆਂ ਬਖਸ਼ਾ ਅਪਰਪਾਰ ਨੇ ਉਸਦੇ ਹੁਕਮ ਵਿੱਚ ਸਾਰਾ ਸੰਸਾਰ ਚੱਲ ਰਿਹਾ ਉਸ ਦੀ ਰਜ਼ਾ ਵਿੱਚ ਚੱਲ ਰਿਹਾ ਜਦੋਂ ਗੁਰੂ ਨਾਨਕ ਸਾਹਿਬ ਇੱਕ ਸਵਾਲ ਖੜਾ ਕਰਦੇ ਨੇ ਕਿ ਕਿਵ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਇਸ ਦਾ ਜਵਾਬ ਵੀ ਉਹ ਆਪ ਹੀ ਦਿੰਦੇ ਨੇ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕੋਈ ਗੁਰੂ ਨਾਨਕ ਸਾਹਿਬ ਇਹ ਕਹਿੰਦੇ ਨੇ ਕਿ ਉਸ ਦੀ ਰਜ਼ਾ ਵਿੱਚ ਰਹਿ ਕੇ ਉਹਦੇ ਹੁਕਮ ਵਿੱਚ ਰਹਿ ਕੇ ਉਸ ਦੇ ਹੁਕਮ ਅਨੁਸਾਰ ਚੱਲ ਕੇ ਹੁਕਮ ਵਿੱਚ ਚੱਲਣ ਦਾ ਜਿਹੜੀ ਬੰਦਿਸ਼ ਹੈ ਇਹ ਬਹੁਤ ਵੱਡੀ ਬੰਦਿਸ਼ ਹੈ ਕੋਈ ਬਲਾਈਂਡ ਫਾਲੋਅਰ ਵਾਲੀ ਗੱਲ ਨਹੀਂ ਗਈ ਕੋਈ ਅੰਧ ਵਿਸ਼ਵਾਸ ਵਾਲੀ ਗੱਲ ਨਹੀਂ ਅਸਲ ਵਿੱਚ ਹੁਕਮ ਵਿੱਚ ਤੇ ਰਹਿਣ ਦਾ ਭਾਵ ਫਿਰ ਇਹੀ ਹੈ ਕਿ ਜਿਹੜੀਆਂ ਸ਼ੈਤਾਨੀ ਸ਼ਕਤੀਆਂ ਨੇ ਜਿਹੜੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਮਨੁੱਖ ਨੂੰ ਬੰਨੀਆਂ ਫਿਰਦੀਆਂ ਨੇ ਜਿਹੜੀਆਂ ਮਨੁੱਖ ਨੂੰ ਜੰਗਲੀ ਜਾਨਵਰ ਵਾਲਾ ਰੂਪ ਦੇ ਦਿੰਦੀਆਂ ਨੇ ਬਲਕਿ ਉਹਦੇ ਨਾਲੋਂ ਵੀ ਭੈੜਾ ਬਣਾ ਦਿੰਦੀਆਂ ਨੇ ਉਹ ਉਹਨਾਂ ਸ਼ਕਤੀਆਂ ਦੀ ਜਿਹੜੀ ਹੈ ਚੇਤਨਾ ਉਹਨਾਂ ਤੋਂ ਬਚਣ ਦੀ ਚੇਤਨਾ ਮਨੁੱਖ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਔਰ ਸਾਨੂੰ ਇਹ ਹਮੇਸ਼ਾ ਚੇਤੇ ਰੱਖਣ ਦੀ ਜ਼ਰੂਰਤ ਹੈ ਕਿ ਜੇ ਅਸੀਂ ਸਿੱਖ ਚਿੰਤਨ ਦੇ ਨਾਲ ਜੁੜਨਾ ਤਾਂ ਸਾਨੂੰ ਇਸ ਸਵਾਲ ਦਾ ਜਵਾਬ ਲਗਾਤਾਰ ਲੱਭਣਾ ਪਏਗਾ ਕਿ ਅਸੀਂ ਨਾਨਕ ਦੇ ਕੀ ਲੱਗਦੇ ਆ ਨਾਨਕ ਸਾਡਾ ਕੀ ਲੱਗਦਾ ਹੈ ਔਰ ਨਾਨਕ ਤੋਂ ਪੈਦਾ ਹੋਇਆ ਸਿੱਖ ਚਿੰਤਨ ਦਾ ਨਾਲ ਸਾਡਾ ਕੀ ਸੰਬੰਧ ਹੈ ਸਿੱਖ ਚਿੰਤਨ ਦਾ ਜੋ ਉਸਾਰ ਪੂਰੇ ਉਸਾਰ ਨੂੰ ਬਦਲ ਦੇਣ ਵਾਲਾ ਇੱਕ ਮੁਕੰਮਲ ਇਨਸਾਨ ਸਿਰਜਣ ਵਾਲਾ ਇੱਕ ਮੁਕੰਮਲ ਸਮਾਜ ਸਿਰਜਣ ਵਾਲਾ ਇੱਕ ਸੱਚੀ ਬਾਦਸ਼ਾਹਤ ਪੈਦਾ ਕਰਨ ਵਾਲਾ ਇੱਕ ਪਿਆਰ ਦਾ ਮਾਹੌਲ ਪੈਦਾ ਕਰਨ ਵਾਲਾ ਜਿਹੜਾ ਸਿਲਸਿਲਾ ਹੈ ਉਸ ਨੂੰ ਅਸੀਂ ਨਾ ਭੁੱਲਾਂਗੇ ਤਾਂ ਹੀ ਨਾਨਕ ਨਾਲ ਸਾਡੀ ਰਿਸ਼ਤੇਦਾਰੀ ਦੀ ਸਾਰਥਕਤਾ ਕਾਇਮ ਰਹੇਗੀ ਲੇਕਿਨ ਪੂਜਾ ਕਰਦੇ ਕਰਦੇ ਉਸ ਦੇ ਅਸਲ ਲਕਸ਼ਾ ਨੂੰ ਭੁੱਲ ਜਾਵਾਂਗੇ ਉਸ ਦੀ ਅਸਲ ਖੂਬਸੂਰਤੀ ਨੂੰ ਭੁੱਲ ਜਾਵਾਂਗੇ ਉਸ ਦੀ ਜੋ ਸ਼ੁਕਰਗੁਜ਼ਾਰੀ ਹੈ ਉਸ ਨੂੰ ਭੁੱਲ ਜਾਵਾਂਗੇ ਨਾਨਕ ਨੇ ਜਿਹੜੀ ਥੀਓਲੋਜੀਕਲ ਸਿਸਟਮ ਸਾਨੂੰ ਦਿੱਤਾ ਜਿਹੜਾ ਉਸ ਨੇ ਜਿਹੜਾ ਸਾਨੂੰ ਥੀਓਲੋਜੀਕਲ ਸਾਇੰਸ ਦਿੱਤੀ ਉਹਨਾਂ ਨੇ ਜਿਹੜਾ ਇੱਕ ਅਕਾਲ ਪੁਰਖ ਦੀ ਪੂਜਾ ਕਰਨ ਦਾ ਸੁਨੇਹਾ ਦਿੱਤਾ ਉਸ ਦਾ ਕਾਰਨ ਇਹ ਵੀ ਹੈ ਕਿ ਅਨੇਕਤਾ ਵਿੱਚੋਂ ਏਕਤਾ ਵਿੱਚੋਂ ਅਨੇਕਤਾ ਤੇ ਅਨੇਕਤਾ ਵਿੱਚੋਂ ਏਕਤਾ ਲੱਭਣੀ ਤੇ ਏਕਤਾ ਪੈਦਾ ਕਰਨੀ ਇਸ ਗੱਲ ਲਈ ਜ਼ਰੂਰੀ ਹੈ ਕਿ ਮਨੁੱਖ ਆਪਸ ਵਿੱਚ ਲੜਨਾ ਮਨੁੱਖ ਆਪਸ ਵਿੱਚ ਈਰਖਾ ਨਾ ਕਰਨ ਮਨੁੱਖ ਇੱਕ ਦੂਜੇ ਨੂੰ ਨੁਕਸਾਨ ਨਾ ਪਹੁੰਚਾਉਣ ਮਨੁੱਖ ਇੱਕ ਦੂਜੇ ਨਾਲ ਪਿਆਰ ਕਰਨ ਤੇ ਪਿਆਰ ਕਰਨ ਲਈ ਕੀ ਹੈ ਕੁਰਬਾਨੀ ਕਰਨੀ ਪੈਗੀ ਕੁਰਬਾਨੀ ਕਰਨ ਲਈ ਕੀ ਹੈ ਕਿ ਮੋਢਿਆਂ ਤੇ ਟਿਕਿਆ ਹੋਇਆ ਜਿਹੜਾ ਕੂੜੇਕ ਬਾੜ ਦਾ ਭਰਿਆ ਹੋਇਆ ਸਿਰ ਹੈ ਉਹਨੂੰ ਪਾਸੇ ਰੱਖਣਾ ਪਏਗਾ ਉਸ ਨੂੰ ਖਾਲੀ ਕਰਨਾ ਪਏਗਾ ਉਸ ਨੂੰ ਨਥਿੰਗਨੈਸ ਵਿੱਚ ਲੈ ਕੇ ਜਾਣਾ ਪਏਗਾ ਤੇ ਨਥਿੰਗਨੈਸ ਦੇ ਵਿੱਚੋਂ ਹੀ ਦੁਬਾਰਾ ਉਸ ਵਿੱਚ ਨਵਾਂ ਸਿਰ ਉਗੇਗਾ ਜਿਹਨੂੰ ਗੁਰੂ ਸਾਹਿਬ ਨੇ ਬੜੇ ਖੂਬਸੂਰਤ ਸ਼ਬਦਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਸਿਰ ਸੀਸ ਵੱਡੇ ਕਰ ਆਸਣ ਦੀਜੈ ਵਿਣ ਸਿਰ ਸੇਵ ਕਰੀਜੈ ਵਿਣ ਸਿਰ ਦਾ ਮਤਲਬ ਫੇਰ ਇਹੀ ਹੈ ਅਰਥ ਇਹੀ ਹੈ ਆਮ ਤੌਰ ਤੇ ਡਕੀ ਅਨੁਸਾਰਤ ਕਰਨ ਵਾਲੇ ਤਾਂ ਇਹੀ ਕਹਿਣਗੇ ਕਿ ਗੁਰੂ ਇਹ ਕਹਿੰਦਾ ਆਪਣਾ ਸਿਰ ਲਾ ਕੇ ਮੇਰੇ ਚਰਨਾਂ ਚ ਰੱਖ ਲਓ ਐ ਨਹੀਂ ਹੈ ਉਹਦਾ ਮਤਲਬ ਇਹ ਹੈ ਕਿ ਸਿਰ ਦੇ ਅੰਦਰ ਜਿਹੜੀਆਂ ਭੈੜੀਆਂ ਸੋਚਾਂ ਆਉਂਦੀਆਂ ਨੇ ਇਹੜੇ ਵਿਚਾਰ ਆਉਂਦੇ ਨੇ ਉਹਨਾਂ ਨੂੰ ਬੰਦ